हाँ जी, सत श्री अकाल जी, नमस्ते, दुआ सलाम और की हाल चाल है सब्सक्राइबर्स जो खास करके खाना खाने का शौक रखते हैं और खाना बनाने का भी, सो उन्होंने लिए स्पेशल है वीडियो। हाँ जी, की बना लगे जी अज? सत श्री अकाल जी, यूट्यूब दर्शकों को मेरे वाले बहुत प्यार भरी सत श्री अकाल जी। अज असी थोड़े उत्ते स्पेशल एतवार का दिन है ते बच्चा दी फरमाइश ते असी अज बना रहे हैं आलू वाले मेथी वाले मिक्स परौंठे जी। हुण असी तुहानू दस्सदे असी चार आलू ले आ जी, एक प्याज असी लिया जी, एक कस्तूरी मेथी लई है, अद्धा इंच अदरक का टुकड़ा जिन्हें जिंजर कहते हैं, दो हरी मिर्च लिया जी, ग्रीन चिली। वेरी गुड। ए साडा हैगा जी ग्रीन कोरिएंडर ते प्लस मेथी। ठीक है। हुण सब तो पहला जी असी अपना मैश करांगे आलू, असी हथां नाल मैश करते। अगर तुसी इस तरह नहीं कर सकते, जिस तरह नवे बच्चे जैसे कॉलेज यूनिवर्सिटी वाले बच्चे ते ओ ना इस नूं कद्दूकस भी कर सकते जी। ठीक है जी। हां जी, ਅਸੀਂ ਹੁਣ ਮੈਸ਼ ਕਰ ਲਿੱਤੇ ਨੇ, ਅਸੀਂ ਮੈਸ਼ ਕਰ ਲਿੱਤੇ ਜੀ, ਤੇ ਹੁਣ ਅਸੀਂ ਇਹਦੇ ਚ ਪਾਵਾਂਗੇ ਥੋੜਾ ਥੋੜਾ ਪਿਆਜ, ਦੱਸਿਆ ਸੀ ਤੁਹਾਨੂੰ, ਤੇ ਨਾਲੇ ਅਸੀਂ ਪਾਵਾਂਗੇ ਇਹ ਚ ਹਰੀ ਮਿਰਚੀ, ਤੇ ਨਾਲੇ ਪਾਵਾਂਗੇ ਅਸੀਂ ਕਸਤੂਰੀ ਮੇਥੀ, ਤੇ ਹੁਣ ਅਸੀਂ ਇਹ ਚ ਪਾਵਾਂਗੇ ਜੀ ਆਪਣੇ ਸੁੱਕੇ ਮਸਾਲੇ। ਤੁਸੀਂ ਦੇਖ ਸਕਦੇ ਹੋ ਇਹ ਸਾਡੇ ਕੋਲ ਨਮਕ ਹੈ ਜੀ, ਨਮਕ ਅਸੀਂ ਆਪਣੇ ਟੇਸਟ ਮੁਤਾਬਕ ਪਾਉਣਾ ਜੀ, ਘੱਟ ਵੱਧ ਤੁਸੀਂ ਕਰ ਸਕਦੇ ਹੋ। ਇਹ ਸੁੱਕਾ ਧਨੀਆ ਜੀ ਸਾਡਾ ਜੀ, ਡਰਾਈ ਕੋਰੀਐਂਡਰ, ਇਹ ਗਰਮ ਮਸਾਲਾ ਜੀ, ਤੇ ਇਹ ਥੋੜੀ ਜਿਹੀ ਟਰਮਰਿਕ, ਇਹ ਬਹੁਤ ਪੌਸ਼ਟਿਕ ਹੁੰਦੀ ਹੈ, ਸਾਨੂੰ ਸਭ ਨੂੰ ਇਸਤੇਮਾਲ ਕਰਨੀ ਚਾਹੀਦੀ ਹੈ ਜੀ। ਤੇ ਅਸੀਂ ਹੁਣ ਥੋੜੀ ਜਿਹੀ ਪਾਵਾਂਗੇ ਇਹ ਅਜਵਾਇਣ ਪਾਏ ਵਾਧੇ ਤੋਂ, ਜੋ ਕਿ ਪਰੌਂਠੇ ਤਲੇ ਹੋਏ ਆਪਾਂ ਨੂੰ ਗੈਸ ਨਹੀਂ ਕਰਦੇ ਤੇ ਹਜ਼ਮ ਕਰਨ ਚ ਵੀ ਬਹੁਤ ਅੱਛੀ ਹੈ। ਇਹ ਚਮਚ ਦਾ ਚੌਥਾ ਹਿੱਸਾ ਅਸੀਂ ਪਾਇਆ ਜੀ, ਤੇ ਇਹ ਸਾਡੇ ਕੋਲ ਥੋੜਾ ਜਿਹਾ ਜਿੰਜਰ ਹੈਗਾ, ਇਹ ਅਸੀਂ ਥੋੜਾ ਜਿਹਾ ਕੱਦੂਕਸ ਕਰਾਂਗੇ। ਹਾਂਜੀ, ਅਸੀਂ ਆ ਬਰੀਕ ਬਰੀਕ ਛੋਟਾ ਜਿਹਾ ਤੁਸੀਂ ਦੇਖ ਸਕਦੇ ਹੋ, ਤੇ ਇਸ ਨੂੰ ਹਲਕਾ ਹਲਕਾ ਅਸੀਂ ਥੋੜਾ ਧਿਆਨ ਨਾਲ ਕਰਨਾ, ਇਹ ਤਾਂ ਹੱਥ ਚ ਕੱਟ ਵੀ ਲੱਗ ਸਕਦਾ। ਜਿਹੜੇ ਬੱਚੇ ਅਣਜਾਣ ਨੇ ਜਿਨ੍ਹਾਂ ਨੇ ਨਹੀਂ ਵਰਤਿਆ ਇੰਸਟਰੂਮੈਂਟ, ਉਹਨੂੰ ਦੇਖਣਾ ਚਾਹੀਦਾ ਧਿਆਨ ਨਾਲ, ਵੈਸੇ ਚਾਕੂ ਨਾਲ ਨਾਈਫ ਨਾਲ ਵੀ ਇਹ ਹੋ ਜਾਂਦਾ ਕੱਟ। ਤੇ ਅਸੀਂ ਬੱਚਿਆਂ ਨੂੰ ਦਿਖਾਉਣ ਵਾਸਤੇ ਜਿਹੜੇ ਨਿਊ ਬੱਚੇ ਹੈਗੇ ਪੜ੍ਹਦੇ ਕਾਲਜ ਯੂਨੀਵਰਸਿਟੀ ਚ, ਸਪੈਸ਼ਲ ਛੋਟਾ ਜਿਹਾ ਮਿਲਦਾ ਹੈਗਾ ਜੀ ਇਹ ਕੱਦੂਕਸ, ਤੇ ਇਹਦੇ ਨਾਲ ਹੋਰ ਵੀ ਕਾਫੀ ਕੁਛ ਗ੍ਰੈਂਡ ਹੋ ਜਾਂਦਾ, ਅਨੀਅਨ ਵਗੈਰਾ ਟਮਾਟਰ ਵਗੈਰਾ ਸਭ ਕੁਛ ਕਰ ਸਕਦੇ ਸੀ, ਮੂਲੀ ਵਗੈਰਾ ਕੈਰਟ। ਆਹ ਦੇਖੋ ਜੀ ਇੰਨਾ ਬਰੀਕ ਹੋ ਜਾਂਦਾ ਤੇ ਤੁਹਾਨੂੰ ਪਤਾ ਵੀ ਨਹੀਂ ਲੱਗਾ ਜੀ ਅਸੀਂ ਉਹਦੇ ਵਿੱਚ ਜਿੰਜਰ ਪਾਇਆ, ਅਦਰਕ ਪਾਇਆ, ਦੇਖੋ ਕਿੰਨਾ ਬਰੀਕ ਹੈ ਜੀ, ਸਿਰਫ ਖਾਣ ਵਾਲੇ ਨੂੰ ਟੇਸਟ ਹੀ ਆਏਗਾ। ਸਾਡੇ ਬਾਈ ਅਸੀਂ ਆਪਣਾ ਤਵਾ ਗਰਮ ਕਰ ਲਿਆ ਜੀ, ਸੋ ਉਸ ਤੋਂ ਬਾਅਦ ਅਬ ਚਾਏ ਉਬਲ ਰਹੀ ਜੀ ਆਪਕੇ ਸਾਹਮਣੇ ਸਕਰੀਨ ਪਰ, ਔਰ ਸਾਈਡ ਬਾਈ ਸਾਈਡ ਪਰੌਂਠਾ बनने की तैयारी में, सो वो रहा मटेरियल। सो अब आटे का जो पेड़ा लिया गया और इसमें मटेरियल डाला गया वो गोल, अब इसको पैक कर रहे हैं और उसके बाद इसको बेला जाएगा। सो अब प्रेस करते हैं आटे में, तो थोड़ा सा घुमाइए प्रेस कर कर रोटी की शेप में, तो फिर उसके बाद ये देखिए ਵੇਲਣ ਦੇ ਨਾਲ ਵੇਲੋ ਉਸਨੂੰ, ਤੇ ਨਾ ਉਹ ਬਾਰੀ ਹੈ ਜੀ ਜਲਦੀ ਤੋਂ ਜਲਦੀ ਤਵੇ ਪਰ ਇਸਕੋ ਸਰ ਸਾਈਡ ਬਾਈ ਸਾਈਡ ਆਪ ਚਾਏ ਦੇਖੀਏ, ਦੇਸੀ ਘੀ ਔਰ ਉਸਕੋ ਅਭੀ ਤਵੇ ਪਰ ਚੜਾਇਆ ਜਾਏਗਾ। ਇਹ ਦੇਖੀਏ ਪਰੌਂਠਾ ਸਟਾਰਟ ਬਣਨਾ ਹੋਇਆ ਸ਼ੁਰੂ, सभी का बहुत फेवरेट होता है जी, वैसे अलग अलग तरह के अलग अलग परौंठे होते हैं, जैसे आलू वाले, पनीर वाले, मेथी वाले, प्याज वाले, मिक्स कॉफी परौंठा या मिक्स तरह तरह का परौंठा अलग अलग, तो अपना आलू वाला बहुत फेवरेट है। ये देखिए साइड बाई साइड चाय तैयार हो रही है और ठीक है जी, उस तो बाद थोड़े सामने स्क्रीन पर, सो हुण जानते हैं जी ਕਿਵੇਂ ਲੱਗਿਆ ਜੀ ਆਲੂ ਵਾਲਾ ਪਰੌਂਠਾ। ਠੀਕ ਹੈ ਜੀ, ਤੁਹਾਡੇ ਸਾਹਮਣੇ ਸਕਰੀਨ ਤੇ ਦੱਸੋ ਜੀ ਅੱਜ ਪਰੌਂਠਾ ਕਿਵੇਂ ਰਿਹਾ ਜੀ ਇਹ
ਪਰੌਂਠਾ ਬਹੁਤ ਜ਼ਿਆਦਾ ਸਵਾਦ ਲੱਗਿਆ ਮੈਨੂੰ। ਕਾਫੀ ਚਿਰ ਬਾਅਦ ਇੱਦਾਂ ਦੇ ਟੇਸਟ ਦੇ ਪਰੌਂਠੇ ਖਾਏ ਆ ਜੀ। ਹਰ ਇੱਕ ਚੀਜ਼ ਦਾ ਆਪਣਾ ਵੱਖਰਾ ਸਵਾਦ ਆ ਰਿਹਾ ਸੀਗਾ। ਬਿਲਕੁਲ। ਤੇ ਇੰਨੇ ਪਿਆਰ ਨਾਲ ਪਰੌਂਠੇ ਬਣਾਏ ਹੋਏ ਲੱਗ ਰਹੇ ਸੀ ਕਿ ਮੈਂ ਤਾਂ ਐਕਸਟਰਾ ਹੀ ਖਾ ਗਈ। ਤੇ ਬਹੁਤ ਜ਼ਿਆਦਾ ਲੈਚੀ ਵਾਲੀ ਚਾਹ ਸੀਗੀ ਨਾਲ, ਬਹੁਤ ਹੀ ਜ਼ਿਆਦਾ ਮਤਲਬ ਆਨੰਦ ਆ ਗਿਆ ਸਵੇਰ ਦੇ ਨਾਸ਼ਤਾ ਕਰਨ ਦਾ। ਦਰਸ਼ਕਾਂ ਲਈ ਕੀ ਕਹਿਣਾ ਚਾਹੋਗੇ? ਦਰਸ਼ਕਾਂ ਨੂੰ ਅਲੱਗ ਅਲੱਗ ਤਰ੍ਹਾਂ ਦੇ ਪਰੌਂਠੇ ਪਸੰਦ ਹੁੰਦੇ ਆ, ਜਿਵੇਂ ਪਨੀਰ ਵਾਲਾ, ਆਲੂ ਵਾਲਾ, ਮੇਥੀ ਵਾਲਾ, ਗੋਭੀ ਵਾਲਾ ਮਿਕਸ ਪਰੌਂਠਾ, ਤੁਹਾਨੂੰ ਵੀ ਬਹੁਤ ਜ਼ਿਆਦਾ ਟੇਸਟੀ ਲੱਗੇਗਾ ਜੀ। ਬਹੁਤ ਬਹੁਤ ਮਿਹਰਬਾਨੀ ਜੀ, ਥੈਂਕ ਯੂ, ਤੁਸੀਂ ਆਪਣਾ ਰਿਵਿਊ ਦਿੱਤਾ ਜੀ। ਠੀਕ ਹੈ ਜੀ, ਥੈਂਕ ਯੂ ਜੀ, ਥੈਂਕ ਯੂ ਸੋ ਮਚ। ਠੀਕ ਹੈ ਜੀ। ਦੋਸਤੋ ਮਿਲਦੇ ਹਾਂ ਜਲਦੀ ਕਿਸੇ ਹੋਰ ਨੈਕਸਟ ਫੂਡ ਪਲੇਲਿਸਟ ਵੀਡੀਓ ਦੇ ਉੱਤੇ। ਠੀਕ ਹੈ, ਕ੍ਰੋਸ ਚੈੱਕ ਕਰ ਲਓ ਜੀ, ਅਲੱਗ ਅਲੱਗ ਤਰ੍ਹਾਂ ਦੀ ਪਲੇਲਿਸਟ ਵਿੱਚ ਜਾ ਕੇ ਅਲੱਗ ਅਲੱਗ ਤਰ੍ਹਾਂ ਦੇ ਵੀਡੀਓਜ਼ ਅਵੇਲੇਬਲ ਇਸ ਚੈਨਲ 'ਤੇ। ਪਹਿਲੀ ਵਾਰ ਆਇਆ ਤਾਂ ਚੈਨਲ ਸਬਸਕ੍ਰਾਈਬ ਕਰ ਲਓ ਔਰ ਬੈਲ ਆਈਕਨ ਜ਼ਰੂਰ ਪ੍ਰੈਸ ਕਰ ਲਓ ਤਾਂ ਕਿ ਆਉਣ ਵਾਲੀ ਹਰ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਟਾਈਮ ਸਿਰ ਮਿਲ ਸਕੇ। ਮਿਲਦੇ ਹਾਂ ਜਲਦੀ ਕਿਸੇ ਨੈਕਸਟ ਵੀਡੀਓ 'ਚ। ਥੈਂਕ ਯੂ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਨਮਸਤੇ, ਦੁਆ ਸਲਾਮ, ਰੱਬ ਰਾਖਾ ਜੀ।